ਬਟਾਲ ਦੇ ਕਸਬਾ ਧਾਰੀਵਾਲ ਵਿਖੇ ਬੀਤੀ ਦਿਨ ਸ਼ਿਵ ਸੈਨਾ ਹਿੰਦੁਸਤਾਨ ਦੇ ਨੇਤਾ ਹਨੀ ਮਹਾਜਨ ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ਦੇ ਰੋਸ ਵਿੱਚ ਅੱਜ ਸ਼ਿਵ ਸੈਨਾ ਦੇ ਆਗੂਆਂ ਵੱਲੋਂ ਪੂਰਾ ਕਸਬਾ ਮੁਕੰਮਲ ਤੌਰ ਤੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਸੁਰੱਖਿਆ ਦੀ ਪੁਖਤਾ ਪ੍ਰਬੰਧਾਂ ਨੂੰ ਲੈ ਕੇ ਇਸ ਸਮੇਂ ਵੱਖ ਵੱਖ ਥਾਵਾਂ ਤੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੋਈ ਹੈ ਤਾਂ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਦੂਜੇ ਪਾਸੇ ਸ਼ਿਵ ਸੈਨਾ ਵੱਲੋਂ ਕਸਬਾ ਬੰਦ ਕਰਨ ਦੇ ਐਲਾਨ ਦਾ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਹੜਾ ਸਾਡਾ ਨੇਤਾ ਹਨੀ ਮਹਾਜਨ, ਜਿਹਦੇ ਕੋਲ ਕਿ ਪੂਰੇ ਦੇਸ਼ ਦੇ ਅੰਦਰ ਉੱਤਰ ਭਾਰਤ ਯੂਥ ਵਿੰਗ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਹੈ, ਅਕਸਰ ਉਹ ਖਾਲਿਸਤਾਨ ਦੇ ਖਿਲਾਫ ਆਪਣੇ ਸਮਾਜ ਦੇ ਹੱਕ ਦੇ ਲਈ, ਹਿੰਦੂ ਸਮਾਜ ਦੇ ਹੱਕ ਦੇ ਲਈ ਪੰਜਾਬ ਦੀ ਅਕਸਰ ਬੈਠਕਾਂ ਕਰਦਾ, ਖਾਲਿਸਤਾਨ ਦੇ ਖਿਲਾਫ ਬੋਲਦਾ, ਰੈਫਰੈਂਡਮ 2020 ਦੇ ਖਿਲਾਫ ਬੋਲਦਾ। ਸਾਨੂੰ ਇੱਥੇ ਬੜੀ ਹੈਰਾਨੀਜਨਕ ਨਾਲ ਕਹਿਣਾ ਪੈ ਰਿਹਾ ਕਿ ਇਹ ਹਨੀ ਮਹਾਜਨ ਜਿਹਦੇ ਨਾਲ ਪਿਛਲੀ ਸਰਕਾਰ ਦੇ ਅੰਦਰ ਇੱਕ ASI 5-5 ਗੰਨਮੈਨ ਜਿਹੜੇ ਕਿ ਧਾਰੀਵਾਲ ਸ਼ਹਿਰ ਦੇ ਲੋਕ ਦੇਖਦੇ ਨੇ ਉਹਦੇ ਨਾਲ ਹੁੰਦੇ ਸੀ, ਪਰ ਜਦੋਂ ਦੀ ਇਹ ਕਾਂਗਰਸ ਸਰਕਾਰ ਆਈ ਹੈ ਉਸ ਬੱਚੇ ਦੇ ਨਾਲ ਇੱਕ ਹੋਮਗਾਰਡ ਦਾ ਮੁਲਾਜ਼ਮ ਵੀ ਨਹੀਂ ਨਾ ਰਿਹਾ, ਜਦਕਿ ਅਸੀਂ ਵਾਰ ਵਾਰ ਪਾਰਟੀ ਵੱਲੋਂ, ਸਾਡੇ ਪ੍ਰਧਾਨ ਵੱਲੋਂ DGP ਦੇ ਟੇਬਲ ਦੇ ਅੰਦਰ ਵਾਰ ਵਾਰ ਅਸੀਂ ਕਿਹਾ ਕਿ ਹਨੀ ਨੂੰ ਖਤਰਾ ਹੈ, ਹਨੀ ਨੂੰ ਖਤਰਾ ਹੈ, ਲੇਕਿਨ AC ਵਾਲੇ ਕਮਰਿਆਂ ਵਿੱਚ ਬਹਿ ਕੇ ਉਹ ਕਹਿੰਦੇ ਕਿ ਹਨੀ ਕਲੀਨ ਚਿੱਟ ਹੈ, ਹਨੀ ਨੂੰ ਕੋਈ ਕੁਛ ਨਹੀਂ ਕਰ ਸਕਦਾ। ਲੇਕਿਨ ਇਹ ਜਿਹੜੀ ਕੱਲ੍ਹ ਘਟਨਾ ਹੋਈ ਹੈ, ਅਣਪਛਾਤੇ ਲੋਕ ਆਏ ਨੇ ਉਹਦੀ ਦੁਕਾਨ ਦੇ ਉੱਪਰ, ਉਹਨੂੰ ਗੋਲੀਆਂ ਚਲਾਈਆਂ, ਇੱਕ ਨੌਜਵਾਨ ਸਾਥੀ ਜਿਹੜਾ ਇੱਕ ਬੇਕਸੂਰ ਸਾਥੀ ਉਹਦੇ ਵੀ ਸਿਰ 'ਤੇ ਗੋਲੀ ਲੱਗੀ ਹੈ। ਬੜੀ ਮੰਦਗਣੀ ਘਟਨਾ, ਪੂਰਾ ਸ਼ਹਿਰ ਜਿਹੜਾ ਸਮਾਜ, ਧਾਰੀਵਾਲ ਦਾ ਸਮਾਜ, ਕਿਸੇ ਵੀ ਪਾਰਟੀ ਦਾ, ਚਾਹੇ ਉਹ ਕਾਂਗਰਸ ਦੇ ਆ, ਚਾਹੇ ਉਹ ਅਕਾਲੀ ਨੇ, ਚਾਹੇ BJP ਹੈ, ਇਹ ਧਾਰੀਵਾਲ ਦਾ ਇਤਿਹਾਸ ਆ। ਜਦ ਵੀ ਧਾਰੀਵਾਲ 'ਤੇ ਕੋਈ ਵਿਪਤਾ ਪਈ ਹੈ, ਇਹ ਸਾਰਾ ਇੱਕ ਸਮਾਜ ਇੱਕ ਮੁੱਠੀ ਹੋ ਕੇ ਉਹਦੇ ਨਾਲ ਖੜਾ ਹੋਇਆ, ਅਤੇ ਅੱਜ ਵੀ ਸਾਨੂੰ ਉਹੀ ਦੇਖਣ ਨੂੰ ਮਿਲ ਰਿਹਾ ਕਿ ਪੂਰਾ ਸ਼ਹਿਰ ਜਿਹੜਾ ਸਮਰਥਨ ਦੇ ਅੰਦਰ, ਪੂਰੇ ਸ਼ਹਿਰ ਬੰਦ ਹੈ। ਹਾਲਤ ਬਹੁਤ ਗੰਭੀਰ ਹੈ, ਉਹਨਾਂ ਦੀਆਂ ਪੱਟਾਂ ਨੂੰ ਗੋਲੀਆਂ ਚੀਰਦੀਆਂ ਹੋਈਆਂ, ਦੋਨੇ ਪੱਟ ਉਹਨਾਂ ਦੇ ਕਰੈਕ ਹੋ ਗਏ ਨੇ। ਸਰਕਾਰ ਪੂਰੀ ਗੰਭੀਰ ਹੈ ਇਸ ਮਸਲੇ 'ਤੇ, ਅੰਮ੍ਰਿਤਸਰ ਦੇ ਜਿਹੜੇ ਕਮਿਸ਼ਨਰ ਨੇ ਉਹਨਾਂ ਦੀ ਮੌਜੂਦਗੀ ਵਿੱਚ ਸਾਰਾ ਕੰਮ ਹੋ ਰਿਹਾ, ਜੋ ਵੀ ਹੈ। ਰਾਤ ਪੂਰੇ ਛੋਣੀ ਵਿੱਚ ਉਹਨਾਂ ਨੇ ਐਕਸਕੋਰਟ ਹਸਪਤਾਲ ਉਹਨਾਂ ਨੇ ਬਦਲਿਆ ਹੋਇਆ ਸੀ।